ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਮੌਸਮ ਨੇ ਤੋੜੇ ਸਾਰੇ ਰਿਕਾਰਡ ਅੱਜ ਪੰਜਾਬ ਦੇ ਲਈ ਜਾਰੀ ਹੋਇਆ ਵੱਡਾ ਅਲਰਟ ਹੋ ਜਾਓ ਸਾਵਧਾਨ ਜੀहां ਦੋਸਤੋ ਪਹਿਲੇ ਸਤੰਬਰ ਤੋਂ ਸ਼ਨੀਵਾਰ ਦੁਪਹਿਰ ਤਾਕਤ 380.3 ਮਿਲੀਮੀਟਰ ਬਾਰਿਸ਼ ਦੇ ਨਾਲ ਦਿੱਲੀ ਵਿੱਚ 121 ਸਾਲਾਂ ਦਾ ਤੇ ਦੂਜੀ ਸਭ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ ਰਾਜਧਾਨੀ ਵਿੱਚ ਸਾਲ 1944 ਤੋਂ ਬਾਅਦ ਸਭ ਤੋਂ ਜ਼ਿਆਦਾ بارش ਹੋਈ ਅਤੇ ਇਸ ਦੇ ਨਾਲ ਇਹ ਇੱਕ ਸਦੀ ਵਿੱਚ ਸਭ ਤੋਂ ਬਾਅਦ ਆ بارش ਵਾਲਾ ਸਤੰਬਰ ਮਹੀਨਾ ਬਣ ਗਿਆ ਤੇ ਦਿੱਲੀ ਵਿੱਚ ਅੱਜ ਵੀ ਭਾਰੀ ਬਰਸਾਤ ਦੀ ਭਵਿੱਖਬਾਣੀ ਹੈ। ਇਹ ਦਿੱਲੀ ਐਨਸੀਆਰ ਪੰਜਾਬ ਅਤੇ ਰਾਜਸਥਾਨ ਨੂੰ ਕਵਰ ਕਰੇਗਾ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਓਡੀਸ਼ਾ ਦੇ ਕੁਝ ਹਿੱਸਿਆਂ ਦੇ ਵਿੱਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਪੂਰਬੀ ਗੁਜਰਾਤ ਤੇ ਅੰਡੀਮਾਨ ਨਿਕੋਬਰ ਦੀਪ ਸਮੂਹ ਵਿੱਚ ਅੱਜ ਹਲਕੀ ਤੋਂ ਮਾਧਮ ਬਰਸਾਤ ਦੇ ਨਾਲ ਕੁਝ ਥਾਂਾਂ ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਕੋਂਕਣ ਗੋਆ ਤੇ ਤੱਟੀ ਕਰਨਾਟਕ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਦੇ ਨਾਲ ਤੇਜ਼ ਬਰਸਾਤ ਹੋ ਸਕਦੀ ਹੈ ਉੱਥੇ ਹੀ ਪੱਛਮੀ ਰਾਜਸਥਾਨ ਸੁਰਾ ਸ਼ਟ੍ਰ ਦੇ ਕਾਸ਼ ਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਹੋ ਸਕਦੀ ਹੈ ਕਰਨਾਟਕ ਕੇਲ ਤਾਮਨਾਡੂ ਦੇ ਕੁਝ ਹਿੱਸਿਆਂ ਤੇ ਬਿਹਾਰ ਦੇ ਪੂਰਬ ਉੱਤਰ ਭਾਰਤ ਵਿੱਚ ਹਲਕੀ ਬਾਰਿਸ਼ ਸੰਭਵ ਹੈ